ਅਸੀਂ ਉਹ ਟਾਈਮ ਦੇ ਵਿੱਚ ਡਿਊਟੀ ਕਰੀਏ ਜਦੋਂ ਸਾਰੇ ਆਪਣੇ ਘਰਾਂ 'ਚ ਬੜੇ ਬੈਠੇ ਸੀ, ਮੰਤਰੀ ਤਾਂ ਲਾ ਕਦੇ ਬਾਹਰ ਵੀ ਨਹੀਂ ਸੀਗੇ ਨਿਕਲਦੇ। ਕੀ ਗੱਲ, ਅਸੀਂ ਜਦੋਂ ਮਿਸ਼ਨ ਫਤਿਹ ਕਰਾਇਆ ਕੋਵਿਡ-19 ਦਾ, ਤੇ ਇਹਨਾਂ ਨੇ ਮਿਸ਼ਨ ਫਤਿਹ ਦੇ ਬਿੱਲੇ ਲਾਇਆ। ਕਿਸ ਬੇਸ ਤੇ ਇਹਨਾਂ ਨੇ ਮਿਸ਼ਨ ਫਤਿਹ ਦੇ ਬਿੱਲੇ ਲਾਏ ਆ? ਇਹ ਤਾਂ ਸਿਰਫ ਉਹਨਾਂ ਦੇ ਇੱਕ ਝੂਠੇ ਲਾ ਰਹੇ ਨੇ, ਮਿੱਠੀਆਂ ਗੋਲੀਆਂ ਨੇ ਜਿਹੜੀਆਂ ਕਿ ਉਹ ਇੰਟਰਵਿਊਜ਼ ਦੇ ਵਿੱਚ ਦੇ ਦਿੰਦੇ ਨੇ, ਨਿਊਜ਼ ਦੇ ਵਿੱਚ ਆਪਣੇ, ਬਸ ਉਹਨਾਂ ਨੇ ਬੱਲੇ ਬੱਲੇ ਕਰਾਉਣੀ ਆ, ਉਹ ਕਰਾ ਦਿੰਦੇ ਨੇ। ਉੱਦਾਂ ਤਾਂ ਚੰਨੀ ਸਾਹਿਬ ਕਹਿੰਦੇ ਮੈਂ ਮਸਲੇ ਹੱਲ ਕਰ ਰਿਹਾ, ਕਾਹਦੇ ਮਸਲੇ ਹੱਲ ਕੀਤੇ ਆ? ਸਾਰੇ ਨੌਜਵਾਨ ਤਾਂ ਸਾਰੇ ਜਿਹੜੇ ਨੇ ਯੂਥ ਆ, ਉਹ ਤਾਂ ਸੜਕਾਂ 'ਤੇ ਰੋਲਿਆ ਹੋਇਆ ਆ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ? ਜਦੋਂ ਅਸੀਂ ਕਿਤੇ ਜਾਂਦੇ ਹਾਂ ਹੈਲੀਕਾਪਟਰ 'ਚ ਚੜ੍ਹ ਕੇ ਭੱਜ ਜਾਂਦੇ ਨੇ, ਇਹ ਗੱਲ ਕਰਨੀ ਤਾਂ ਇਹਨਾਂ ਨੂੰ ਆਉਂਦੀ ਨਹੀਂ ਹੈਗੀ। ਫਿਰ ਅਸੀਂ ਇਹ ਕਹਿੰਦੇ ਹਾਂ ਜੇ ਸਾਡਾ ਰਾਈਟ ਨਹੀਂ ਹੈਗਾ ਨਾ ਹੱਕ ਮੰਗਣਾ, ਤਾਂ ਤੁਸੀਂ ਸਾਡੇ ਨਾਲ ਆ ਕੇ ਕਿੱਟਾ ਪਾਓ ਅਤੇ 6-6 ਘੰਟੇ ਸਾਡੇ ਨਾਲ ਕੰਮ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕੀ ਹੁੰਦਾ ਹੈ ਕੰਮ। ਹਾਂਜੀ, ਅਸੀਂ 25 ਅਕਤੂਬਰ ਤੋਂ ਲਗਾਤਾਰ ਧਰਨੇ 'ਤੇ ਬੈਠੇ ਰਜਿੰਦਰਾ ਦੇ ਮੇਨ ਗੇਟ 'ਤੇ, ਅਤੇ ਅਸੀਂ ਜਿਹੜਾ ਆਪਣਾ ਧਰਨਾ ਆ ਉਹ ਕਿਸਾਨ ਜਥੇਬੰਦੀਆਂ ਦੇ ਥਰੂ ਹੀ ਰੱਖਿਆ ਹੈ, ਕਿਉਂਕਿ ਇਹ ਵੀ ਸਾਡੇ ਬਾਪ ਦਾਦੇ ਨੇ, ਪਹਿਲਾਂ ਤਾਂ ਇਹਨਾਂ ਸਰਕਾਰਾਂ ਨੇ ਸਾਡੇ ਬਾਪ ਦਾਦੇ ਸੀਗੇ ਜਿਹੜੇ ਦਿੱਲੀ ਰੋਲੇ ਨੇ, ਸਾਲ ਬਾਅਦ ਉਹਨਾਂ ਨੇ ਫਿਰ ਵੀ ਮਿਸ਼ਨ ਫਤਿਹ ਕੀਤਾ ਆ, ਉਹਨਾਂ ਦੇ ਹਿੱਕ ਦੇ ਉੱਤੇ ਜਿਹੜਾ ਕਿ ਆ ਪਿੱਪਲ ਲਾ ਕੇ ਆਏ ਨੇ, ਅਤੇ ਹੁਣ ਉਹ ਸਾਡੇ ਨਾਲ ਵੀ ਖੜਨਗੇ, ਕਿਉਂਕਿ ਅਸੀਂ ਉਹਨਾਂ ਦੀਆਂ ਪੰਜਾਬ ਦੀਆਂ ਧੀਆਂ ਆ। ਅਸੀਂ ਉਹ ਟਾਈਮ ਦੇ ਵਿੱਚ ਡਿਊਟੀ ਕਰੀਏ ਜਦੋਂ ਸਾਰੇ ਆਪਣੇ ਘਰਾਂ 'ਚ ਬੜੇ ਬੈਠੇ ਸੀ, ਮੰਤਰੀ ਤਾਂ ਲਾ ਕਦੇ ਬਾਹਰ ਵੀ ਨਹੀਂ ਸੀਗੇ ਨਿਕਲਦੇ, ਹੁਣ ਵੀ ਮੰਤਰੀ ਸਾਹਿਬ ਕਦੇ ਸਾਨੂੰ ਕਿਤੇ ਕਹਿ ਦਿੰਦੇ ਮੀਟਿੰਗ ਲੈ ਜਾਓ, ਪੇਪਰ ਦੇ ਦਿੰਦੇ ਨੇ, ਦੇਖੋ ਜੀ ਤੁਹਾਡਾ ਰਿਟਰਨ ਆ ਗਿਆ, ਤੁਹਾਨੂੰ ਮੀਟਿੰਗ ਮਿਲ ਚੁੱਕੀ ਹੈ। ਜਦੋਂ ਵੀ ਧਰਨਾ ਲਾਉਣੇ ਆ, ਕਿਤੇ ਵੀ ਅਸੀਂ ਜਾਮ ਕਰਦੇ ਹਾਂ, ਜਦੋਂ ਅਸੀਂ ਉਹ ਚਿੱਠੀ ਲੈ ਕੇ ਜਾਂਦੇ ਹਾਂ ਚੰਡੀਗੜ੍ਹ ਜਾਂਦੇ ਹਾਂ ਪੰਜਾਬ ਭਵਨ ਦੇ ਵਿੱਚ, ਤਾਂ ਸਾਨੂੰ ਉੱਥੇ ਇਹ ਕਹਿ ਦਿੱਤਾ ਜਾਂਦਾ ਆ ਕਿ ਇਹ ਜਿਹੜੀ ਚਿੱਠੀ ਹੈ ਤਾਂ ਫਰਜ਼ੀ ਹੈ, ਕਿਹਨੇ ਤੁਹਾਨੂੰ ਇਹ ਜਾਰੀ ਕਰਕੇ ਦਿੱਤੀ ਹੈ? ਅਸੀਂ ਪੁੱਛਣਾ ਚਾਹੁੰਦੇ ਹਾਂ ਕੀ ਗੱਲ, ਅਸੀਂ ਜਦੋਂ ਮਿਸ਼ਨ ਫਤਿਹ ਕਰਾਇਆ ਕੋਵਿਡ-19 ਦਾ, ਅਤੇ ਇਹਨਾਂ ਨੇ ਮਿਸ਼ਨ ਫਤਿਹ ਦੇ ਬਿੱਲੇ ਲਾਇਆ, ਕਿਸ ਬੇਸ 'ਤੇ ਇਹਨਾਂ ਨੇ ਮਿਸ਼ਨ ਫਤਿਹ ਦੇ ਬਿੱਲੇ ਲਾਏ ਹੈ? ਅਸੀਂ 8-8 ਹਜ਼ਾਰ 'ਤੇ ਅਸੀਂ ਕੰਮ ਕੀਤਾ ਸੀ, ਹੁਣੇ ਸਾਨੂੰ ਕਹਿ ਰਹੇ ਨੇ ਤੁਸੀਂ ਪੇਪਰ ਦੇ ਕੇ ਆਉਣਾ ਸੀ, ਤੁਸੀਂ ਆਪ ਤੋਂ ਆਏ ਆ, ਅਸੀਂ ਮੰਨਦੇ ਅਸੀਂ ਆਪ ਤੋਂ ਆਏ ਆ, ਸਾਨੂੰ ਇਹ ਹੋਪ ਸੀਗੀ ਕਿ ਸਾਡਾ ਕੁਝ ਨਾ ਕੁਝ ਕਰਨਗੇ, ਨਹੀਂ ਮੌਤ ਦੇ ਮੂੰਹ ਦੇ ਵਿੱਚ ਆ ਕੇ ਕੰਮ ਕਰਨਾ ਨਾ ਕਿਸੇ ਨੂੰ ਕੋਈ ਸ਼ੋਭਾ ਨਹੀਂ ਦਿੰਦਾ, ਕਿ ਮਜਬੂਰੀਆਂ ਹੁੰਦੀਆਂ ਨੇ ਤਾਂ ਅਸੀਂ ਆ ਕੇ ਕੰਮ ਕੀਤਾ ਸੀਗਾ, ਇਹ ਸਾਡੀਆਂ ਮਜਬੂਰੀਆਂ ਦਾ ਹੁਣ ਫਾਇਦਾ ਉਠਾ ਰਹੇ ਨੇ। ਕਦੇ ਸਾਨੂੰ ਕਹਿ ਦਿੰਦੇ ਨੇ ਅੱਜ ਕੈਬਨਿਟ ਦੀ ਮੀਟਿੰਗ ਹੋਣੀ ਹੈ, ਮੰਗਲਵਾਰ ਨੂੰ ਹੋਣੀ ਹੈ, ਇਹਨਾਂ ਦੇ ਇੰਨੇ ਮੰਗਲਵਾਰ ਲੰਘ ਚੁੱਕੇ ਹਨ ਕਿ ਸਾਨੂੰ ਤਾਂ ਮੰਗਲਵਾਰ ਦਾ ਦਿਨ ਕਹਿਣ ਦੇ ਵੀ, ਸਾਨੂੰ ਨਹੀਂ ਪਤਾ ਉਹ ਕਿਹੜੇ ਨੌਜਵਾਨਾਂ ਦੀ ਗੱਲ ਕਰ ਰਹੇ ਨੇ ਜਾਂ ਕਿਹੜੇ ਜਿਨ੍ਹਾਂ ਨੂੰ ਲੋਕਾਂ ਨੂੰ ਉਹ ਨੌਕਰੀਆਂ ਦੇ ਰਹੇ ਨੇ, ਇਹ ਤਾਂ ਸਿਰਫ ਉਹਨਾਂ ਦੇ ਇੱਕ ਝੂਠੇ ਲਾ ਰਹੇ ਨੇ, ਮਿੱਠੀਆਂ ਗੋਲੀਆਂ ਨੇ ਜਿਹੜੀਆਂ ਕਿ ਉਹ ਇੰਟਰਵਿਊਜ਼ ਦੇ ਵਿੱਚ ਦੇ ਦਿੰਦੇ ਨੇ, ਨਿਊਜ਼ ਦੇ ਵਿੱਚ ਆਪਣੇ, ਬਸ ਉਹਨਾਂ ਨੇ ਬੱਲੇ ਬੱਲੇ ਕਰਾਉਣੀ ਆ, ਉਹ ਕਰਾ ਦਿੰਦੇ ਨੇ। ਉੱਦਾਂ ਤਾਂ ਚੰਨੀ ਸਾਹਿਬ ਕਹਿੰਦੇ ਮੈਂ ਮਸਲੇ ਹੱਲ ਕਰ ਰਿਹਾ, ਕਾਹਦੇ ਮਸਲੇ ਹੱਲ ਕੀਤੇ ਆ? ਸਾਰੇ ਨੌਜਵਾਨ ਤਾਂ ਸਾਰੇ ਜਿਹੜੇ ਨੇ ਯੂਥ ਆ, ਉਹ ਤਾਂ ਸੜਕਾਂ 'ਤੇ ਰੋਲਿਆ ਹੋਇਆ ਆ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ? ਜਦੋਂ ਅਸੀਂ ਕਿਤੇ ਜਾਂਦੇ ਹਾਂ ਹੈਲੀਕਾਪਟਰ 'ਚ ਚੜ੍ਹ ਕੇ ਭੱਜ ਜਾਂਦੇ ਨੇ, ਇਹ ਗੱਲ ਕਰਨੀ ਤਾਂ ਇਹਨਾਂ ਨੂੰ ਆਉਂਦੀ ਨਹੀਂ ਹੈਗੀ। ਉੱਦਾਂ ਚੰਨੀ ਸਾਹਿਬ ਕਹਿ ਰਹੇ ਨੇ ਮੈਂ ਆਹ ਵੀ ਕੀਤਾ, ਮੈਂ ਰਿਕਸ਼ਾ ਚਲਾਇਆ ਆ, ਮੈਂ ਫਲਾਣਾ ਕੰਮ ਕੀਤਾ ਆ, ਸਾਡੇ ਨਾਲ ਹੁਣ ਓਮੀਕਰੋਨ 3rd ਸਟੇਜ ਆ ਰਹੀ ਆ। ਫਿਰ ਅਸੀਂ ਇਹ ਕਹਿੰਦੇ ਹਾਂ ਜੇ ਸਾਡਾ ਰਾਈਟ ਨਹੀਂ ਹੈਗਾ ਨਾ ਹੱਕ ਮੰਗਣਾ, ਤਾਂ ਤੁਸੀਂ ਸਾਡੇ ਨਾਲ ਆ ਕੇ ਕਿੱਟਾ ਪਾਓ ਅਤੇ 6-6 ਘੰਟੇ ਸਾਡੇ ਨਾਲ ਕੰਮ ਕਰਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕੀ ਹੁੰਦਾ ਹੈ ਕੰਮ।